ਯਾਰ ਤੁਸੀਂ ਸਵਾਗਤ ਹੈ ਚੈਨਲ ਵਿੱਚ ਹਾਜ਼ਰ ਹਾਂ ਅਗਲੀ ਵੀਡੀਓ ਲੈ ਕੇ ਅਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਮਹੱਤਵਪੂਰਨ ਸਮਾਸੀ ਸ਼ਬਦ ਕਲਾਸ 10th CBSE ਅਤੇ ਜਿਹੜੇ ਸਮਾਸੀ ਸ਼ਬਦ ਹੈ ਪ੍ਰੈਕਟਿਸ ਲਈ ਹੈ ਤੁਹਾਡੇ ਜਿਹੜੇ ਓਲਡ ਕੁਸ਼ਚਨ ਪੇਪਰ ਹੈ ਉਹਨਾਂ ਵਿੱਚ ਲਏ ਗਏ ਹੈ ਅਤੇ ਇਹਨਾਂ ਦੀ ਪ੍ਰੈਕਟਿਸ ਕਰੋਗੇ ਤਾਂ ਆਈ ਹੋਪ ਵੀਡੀਓ ਤੁਹਾਡੇ ਲਈ ਹੈਲਪਫੁਲ ਹੋਏਗੀ ਚੈਨਲ 'ਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਆਉਣ ਵਾਲੀ ਸਾਰੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕੇ ਅਤੇ ਆਓ ਸ਼ੁਰੂ ਕਰਦੇ ਹਾਂ ਆਪਾਂ ਸਮਾਸੀ ਸ਼ਬਦ ਸਮਾਸੀ ਸ਼ਬਦ ਹੈ ਉੱਗ ਅਤੇ ਸੁੱਗ ਅਤੇ ਇਸਦਾ ਜਿਹੜਾ ਸਮਾਸੀ ਸ਼ਬਦ ਬਣੇਗਾ ਉਹ ਬਣੇਗਾ ਉੱਗ ਸੁੱਗ ਦੂਸਰਾ ਹੈ ਉੱਚੀ ਅਤੇ ਸੁੱਚੀ ਅਤੇ ਇਸਦਾ ਬਣੇਗਾ ਉੱਚੀ ਸੁੱਚੀ ਇਹਨਾਂ ਦੇ ਵਿੱਚ ਜਿਹੜੀ ਹੈ ਜੋੜਨੀ ਦੀ ਹੈ ਜਿਹੜੀ ਉਹ ਲੱਗ ਜਾਏਗੀ ਜਿਸ ਨੂੰ ਅਸੀਂ ਇੱਕ ਵਿਸ਼ਰਾਮ ਚਿੰਨ੍ਹ ਬੋਲਦੇ ਹਾਂ ਜੋੜਨੀ ਅਗਲਾ ਹੈ ਉੱਤਰ ਅਤੇ ਦੱਖਣ ਅਤੇ ਇਸਦਾ ਬਣੇਗਾ ਉੱਤਰ ਦੱਖਣ ਉਸਤਤ ਅਤੇ ਨਿੰਦਾ ਉਸਤਤ ਨਿੰਦਾ ਆਨੇ ਅਤੇ ਬਹਾਨੇ ਆਨੇ ਬਹਾਨੇ ਆਸੇ ਅਤੇ ਪਾਸੇ ਆਸੇ ਪਾਸੇ ਵਿੱਚੋਂ ਇਹਨਾਂ ਦੇ ਅਤੇ ਜਿਹੜਾ ਉਹ ਕੱਟਿਆ ਜਾਏਗਾ ਅਤੇ ਵਿੱਚ ਜਿਹੜੀ ਹੈ ਆਪਣੀ ਡੈਸ਼ ਜੋੜਨੀ ਜਿਹੜੀ ਹੈ ਉਹ ਲੱਗ ਜਾਏਗੀ ਅਗਲਾ ਹੈ ਆਸ਼ਾ ਅਤੇ ਨਿਰਾਸ਼ਾ ਆਸ਼ਾ ਨਿਰਾਸ਼ਾ ਆਪਣਾ ਅਤੇ ਪਰਾਇਆ ਆਪਣਾ ਪਰਾਇਆ ਅੱਖ ਨਾਲ ਮਟੱਕਾ ਅੱਖ ਮਟੱਕਾ ਅੰਗ ਦਾ ਰੱਖਿਅਕ ਅੰਗ ਰੱਖਿਅਕ ਅਗਲਾ ਹੈ ਆਦਮੀ ਅਤੇ ਔਰਤ ਇਸਦਾ ਬਣੇਗਾ ਆਦਮੀ ਔਰਤ ਅੱਗੇ ਅਤੇ ਪਿੱਛੇ ਅੱਗੇ ਪਿੱਛੇ ਆਤਮਾ ਦਾ ਘਾਤ ਆਤਮਘਾਤ ਅੱਗਾ ਅਤੇ ਪਿੱਛਾ ਅੱਗਾ ਪਿੱਛਾ ਆਉਣਾ ਅਤੇ ਜਾਣਾ ਆਉਣਾ ਜਾਣਾ ਆਸ਼ਾ ਅਤੇ ਨਿਰਾਸ਼ਾ ਆਸ਼ਾ ਨਿਰਾਸ਼ਾ ਅੰਗ ਅਤੇ ਸੰਗ ਅੰਗ ਸੰਗ ਆਈ ਅਤੇ ਚਲਾਈ ਆਈ ਚਲਾਈ ਅੰਨਾ ਅਤੇ ਬੋਲਾ ਅੰਨਾ ਬੋਲਾ ਇੱਕ ਅਤੇ ਮਿੱਕ ਇੱਕ ਮਿੱਕ ਇੱਥੇ ਅਤੇ ਉੱਥੇ ਇੱਥੇ ਉੱਥੇ ਇੱਜ਼ਤ ਅਤੇ ਮਾਣ ਇੱਜ਼ਤ ਮਾਣ ਇਨ ਅਤੇ ਬਿਨ ਇਨ ਬਿਨ ਸ਼ੁੱਧ ਅਤੇ ਬੁੱਧ ਸ਼ੁੱਧ ਬੁੱਧ ਸ਼ਰਾਬੀ ਅਤੇ ਕਬਾਬੀ ਸ਼ਰਾਬੀ ਕਬਾਬੀ ਸਵੇਰੇ ਅਤੇ ਸ਼ਾਮ ਸਵੇਰੇ ਸ਼ਾਮ ਸੇਵਾ ਤੋਂ ਮੁਕਤ ਸੇਵਾ ਮੁਕਤ ਸਿੱਧਾਂ ਨਾਲ ਗੋਸ਼ਟ ਸਿੱਧ ਗੋਸ਼ਟ ਸੋ ਅਤੇ ਸੋ 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 ਸੂਰਜ ਨੂੰ ਗ੍ਰਹਿਣ ਸੂਰਜ ਗ੍ਰਹਿਣ ਜਗਤ ਦਾ ਗੁਰੂ ਜਗਤ ਗੁਰੂ ਜਪੀ ਅਤੇ ਤਪੀ ਜਪੀ ਤਪੀ ਜਾਣ ਅਤੇ ਪਛਾਣ ਜਾਣ ਪਛਾਣ ਝੱਟ ਅਤੇ ਪੱਟ ਝਟਪਟ ਟਿਕਟਾਂ ਵਾਲਾ ਘਰ ਟਿਕਟ ਘਰ ਠਾਕਰ ਦਾ ਦੁਆਰਾ ਠਾਕਰ ਦੁਆਰਾ ਠੰਡਾ ਅਤੇ ਠੰਡਾ 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 ਡੀਲ ਅਤੇ ਡੋਲ ਡੀਲ ਡੋਲ ਤਿਲ ਅਤੇ ਫੁੱਲ ਤਿਲ ਫੁੱਲ ਤਨੋ ਅਤੇ ਮਨੋ ਤਨੋ ਮਨੋ ਤਾਨੇ ਅਤੇ ਮਿਣੇ ਤਾਨੇ ਮਿਣੇ ਤਾਈ ਅਤੇ ਤਾਇਆ ਤਾਈ ਤਾਇਆ ਅਤੇ ਬੱਚਿਓ ਇਹ ਸੀ ਆਪਣੇ ਕੁਝ ਮਹੱਤਵਪੂਰਨ ਸਮਾਸੀ ਸ਼ਬਦ ਅਤੇ ਆਸ ਕਰਦੀ ਹਾਂ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਏਗੀ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ